ਦੇਖੋ 47.70 ਕਿਲੋਮੀਟਰ ਦਾ ਏਰੀਆ, 461,474 ਰੁਪਈਏ ਪਰ ਡੇ ਕੁਲੈਕਸ਼ਨ ਹੈ, 461,474। ਇਹਨਾਂ ਨੇ 25-9 ਨੂੰ 16.5 25-9-2006 ਨੂੰ 16.5 ਵਾਸਤੇ, ਜਿਹੜਾ 16.5 ਸਾਲ ਵਾਸਤੇ ਕੰਟੈਕਟ ਸੀਗਾ, 25-4-2008 ਨੂੰ ਸਟਾਰਟ ਹੋਇਆ। ਅਤੇ ਇਹਦੀ ਆਫੀਸ਼ੀਅਲ ਜਿਹੜੀ ਐਕਸਪਾਇਰੀ ਸੀ ਉਹ 20/7/2023 ਸੀ। ਇਸ ਪੁਆਇੰਟ 'ਤੇ ਮੈਂ ਤੁਹਾਨੂੰ ਖਾਸ ਤੌਰ 'ਤੇ ਕਹੂੰਗਾ, ਇਹਨਾਂ ਨੇ ਕੀ ਕੀਤਾ, ਜਿਹੜੀ 24/3/2008 ਦੀ ਬਜਾਏ ਇਹਨੇ 25/4/2008 ਨੂੰ ਇਹ ਕੰਸਟਰਕਸ਼ਨ ਕੰਪਲੀਟ ਕੀਤੀ। 33 ਦਿਨ ਦਾ ਡਿਲੇ ਹੋਇਆ, ਜਿਹਦਾ ਕਿ 51 ਲੱਖ ਰੁਪਏ ਇਹਨਾਂ ਨੂੰ ਜੁਰਮਾਨਾ ਹੋਇਆ, ਪਰ ਉਹਨਾਂ ਨੇ ਦਿੱਤਾ ਨਹੀਂ। ਫਸਟ ਓਵਰਲੇ 25/4/13 ਨੂੰ ਸੀ, 25/4/2013 ਨੂੰ ਪਹਿਲੀ ਵਾਰ ਇਹਨਾਂ ਨੇ ਸੜਕ 'ਤੇ ਲੁੱਕ ਪਾਉਣੀ ਸੀ, ਓਵਰਲੇ ਕਰਨੀ ਸੀ, ਜਿਹਨੂੰ ਕਿ ਇਹਨਾਂ ਨੇ 30/9/2014 ਨੂੰ ਕੀਤਾ, ਜਾਣੀ ਕਿ 158 ਦਿਨ ਲੇਟ ਕੀਤਾ ਜੀ। ਸਮਝੌਤੇ ਮੁਤਾਬਕ, ਐਗਰੀਮੈਂਟ ਮੁਤਾਬਕ 158 ਦਿਨ ਓਵਰ ਲਏ, ਜਿਹਦਾ ਕਿ ਇਹਨਾਂ ਨੂੰ 2,45,00,000 ਰੁਪਈਆ ਜੁਰਮਾਨਾ ਹੋਇਆ, ਪਰ ਉਹਨਾਂ ਨੇ ਦਿੱਤਾ ਨਹੀਂ। ਸੈਕਿੰਡ ਓਵਰਲੇ ਜਿਹੜੀ ਕਰਨੀ ਸੀ, ਦੂਜੀ ਵਾਰ ਜਿਹੜੀ ਲੁੱਕ ਵਿਛਾਉਣੀ ਸੀ ਜਾਂ ਜਿੱਥੇ ਖਰਾਬ ਸੀ ਠੀਕ ਕਰਨੀ ਸੀ, ਉਹ ਕਰਨੀ ਸੀ 25/4/2019 ਨੂੰ, ਪਰ ਇਹਨਾਂ ਨੇ ਕੀਤੀ 31/12/2019 ਨੂੰ, 251 ਦਿਨ ਫਿਰ ਦੁਬਾਰਾ ਡਿਲੇ ਕੀਤਾ, ਅਤੇ ਜੁਰਮਾਨਾ ਹੋਇਆ 3,99,00,000, ਯਾਨੀ ਕਿ 3,90,00,000 ਰੁਪਈਏ। ਤਾਂ ਇਸ ਐਗਰੀਮੈਂਟ ਦੇ ਵਿੱਚ ਇੱਕ ਕਲੋਜ਼ ਹੈ, ਕਾਂਗਰਸੀ ਖਾਸ ਤੌਰ 'ਤੇ ਸੁਣ ਲੈਣ, ਐਗਰੀਮੈਂਟ ਦੇ ਵਿੱਚ ਕਲੋਜ਼ ਹੈ ਕਿ ਜੇ ਤੁਹਾਡਾ ਜੁਰਮਾਨਾ ਜਿਹੜਾ ਉਹ 3,11,00,000 ਤੋਂ ਜ਼ਿਆਦਾ ਹੋ ਜਾਂਦਾ, ਤਾਂ ਜਿਹੜਾ ਐਗਰੀਮੈਂਟ ਹੈ ਇਸ ਟੋਲ ਪਲਾਜ਼ੇ ਦਾ, ਉਹਨੂੰ ਗੌਰਮੈਂਟ ਰੱਦ ਕਰ ਸਕਦੀ ਹੈ, ਇਹ ਕਲੋਜ਼ ਲਿਖਿਆ ਹੋਇਆ। ਤਾਂ 3,99,00,000 ਉਹਨਾਂ ਨੂੰ ਜੁਰਮਾਨਾ ਹੋ ਗਿਆ, ਇਹਦਾ ਮਤਲਬ 3,11,00,000 ਤੋਂ ਉੱਪਰ ਹੋ ਗਿਆ। ਤੋ ਇਹ ਟੋਲ ਪਲਾਜ਼ਾ 10/11/2019 ਨੂੰ ਬੰਦ ਹੋ ਸਕਦਾ ਸੀ। ਦੇਖੋ ਕਾਂਗਰਸੀ ਸੱਜਣ ਦੇ ਸਾਡੇ ਮਿੱਤਰ ਨੇ, ਉਹ ਪੁੱਛਦੇ ਸੀ ਕੱਲ੍ਹ, ਮੈਂ ਨਾਮ ਵੀ ਲੈ ਲੈਂਦਾ, ਮੈਂ ਤਾਂ ਮੈਨ ਟੂ ਮੈਨ ਮਾਰਕਿੰਗ ਤੇ ਹਾਂ, ਹੁਣ ਮੈਂ ਇਕੱਲੇ ਇਕੱਲੇ ਜਵਾਬ ਦੇਊਂ ਇਹਨਾਂ ਦਾ, ਪ੍ਰਗਟ ਸਿੰਘ ਜੀ। ਪ੍ਰਗਟ ਸਿੰਘ ਜੀ ਕਹਿੰਦੇ ਤਾਂ ਵੈਸੇ ਹੀ ਖਤਮ ਹੋ ਜਾਣਾ ਸੀ, ਇਹਦੇ 'ਤੇ ਕੋਈ ਪਬਲਿਸਿਟੀ ਜਾਂ ਰਾਜਨੀਤੀ ਕਰਨ ਦੀ ਲੋੜ ਨਹੀਂ। ਪ੍ਰਗਟ ਸਿੰਘ ਜੀ ਪਹਿਲਾਂ ਭਾਰਤ ਵੱਲੋਂ ਹਾਕੀ ਖੇਡਦੇ ਰਹੇ ਨੇ, ਬਾਅਦ 5 ਸਾਲ ਅਕਾਲੀਆਂ ਵੱਲੋਂ ਵੀ ਖੇਡਦੇ ਰਹੇ ਨੇ, ਅੱਜ ਕੱਲ੍ਹ ਉਹ ਕਾਂਗਰਸ ਵਾਲਿਆਂ ਵੱਲੋਂ ਖੇਡ ਰਹੇ ਨੇ। ਚਲੋ ਗੋਲ ਤਾਂ ਚਲੋ ਨਹੀਂ ਕਰ ਦਿੰਦੇ, ਉਹਨਾਂ ਨੇ ਬਿਸਤਰਾ ਗੋਲ ਜ਼ਰੂਰ ਕਰ ਦਿੰਦੇ ਆ ਉਹ। ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਕਿ ਜਨਾਬ ਜੀ, ਉਹ ਤੋਂ ਬਾਅਦ ਅਸੀਂ ਜਦੋਂ ਇਹਦੀ ਜਿਹੜੀ ਮਿਆਦ ਆ 20 ਤਰੀਕ ਦੀ ਹੈ, ਅੱਜ ਕਿੰਨੀ ਹੈ 5, ਅਸੀਂ ਜਦੋਂ ਸ਼ੁਰੂ ਕੀਤਾ ਇਹਨੂੰ ਖਤਮ ਕਰਨਾ, ਤਾਂ ਇਹਨਾਂ ਨੇ ਸਾਡੇ ਤੋਂ ਇੱਦਾਂ ਖਤਮ ਨਹੀਂ ਹੋਣੇ ਸੀ, ਇਹਨਾਂ ਨੇ ਸਾਡੇ ਤੋਂ 436 ਦਿਨ ਮੰਗੇ ਸੀ ਕਿ 436 ਦਿਨ ਹੋਰ ਵਧਾ ਦਿਓ, ਯਾਨੀ ਕਿ ਫਰਵਰੀ 2025 ਤੱਕ, ਤੇ 2019 ਚ ਪ੍ਰਗਟ ਸਿੰਘ ਜੀ ਅਫਸਰ ਵੀ ਮੇਰੇ ਬੈਠੇ ਹੋਣਗੇ ਇੱਥੇ, ਹਾਂਜੀ 569 ਦਿਨ ਮੰਗੇ ਸੀ ਆਪਾਂ, ਬਾਅਦ ਕਹਿੰਦੇ 436, 2019 ਚ ਇਹ
ਟੋਲ ਪਲਾਜ਼ਾ ਦਾ ਐਗਰੀਮੈਂਟ ਬ੍ਰੀਚ ਕੀਤਾ ਇਹਨਾਂ ਦਾ, ਟਰਮੀਨੇਟ ਹੋ ਸਕਦਾ ਸੀ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਪ੍ਰਗਟ ਸਿੰਘ ਜੀ ਉਹਦੇ 'ਚ MLA ਸੀ। ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਪ੍ਰਗਟ ਸਿੰਘ ਜੀ ਨੂੰ ਕਿ ਅਲੀ ਬਾਬਾ ਨੂੰ ਪੁੱਛੋ ਕਿਉਂ ਨਹੀਂ ਕੀਤਾ ਉਹ, ਉਦੋਂ ਕਿਉਂ ਵਧਾਤਾ। 2019 ਤੋਂ 2022 ਤੱਕ ਸਾਡੀ ਗੌਰਮੈਂਟ ਆਈ, ਅਸੀਂ ਕਾਨੂੰਨੀ ਕਾਰਵਾਈਆਂ ਕੀਤੀਆਂ, ਕਾਨੂੰਨੀ ਕਾਰਵਾਈ ਮੁਤਾਬਕ ਅਸੀਂ ਕਿਹਾ ਬੰਦ ਕਰਨਾ। 60 ਦਿਨ ਦਾ ਨੋਟਿਸ ਦੇਣਾ ਪੈਂਦਾ ਜੀ, ਉਹ ਵੀ ਇਸ 'ਚ ਲਿਖਿਆ ਹੋਇਆ ਕਿ ਜੇ ਬੰਦ ਕਰਨਾ ਇਹ ਗੌਰਮੈਂਟ ਨੇ ਤਾਂ 60 ਦਿਨ ਪਹਿਲਾਂ ਦੱਸਣਾ ਪਊਗਾ। ਅਸੀਂ 60 ਦਿਨ ਦਾ ਨੋਟਿਸ ਦਿੱਤਾ ਅਤੇ 60 ਦਿਨ ਕਦੋਂ ਹੋਏ, ਕੱਲ੍ਹ ਰਾਤ 12 ਵਜੇ, 4 ਤਰੀਕ ਨੂੰ ਰਾਤ ਨੂੰ 12 ਵਜੇ 60 ਦਿਨ ਹੋਏ। ਅਸ 61ਵੇਂ ਦਿਨ ਮੈਂ ਤੁਹਾਡੇ ਕੋਲ ਬੈਠਾ, ਮੈਂ ਕੋਈ ਪਬਲਿਸਿਟੀ ਲੈਣ ਨਹੀਂ ਆਇਆ, ਮੈਨੂੰ ਕੋਈ ਟੈਲੀਵਿਜ਼ਨ 'ਤੇ ਆਉਣ ਦਾ ਚਾਅ ਨਹੀਂ, ਮੈਨੂੰ ਕੋਈ ਫੋਟੋਆਂ 'ਚ ਪਾਉਣ ਦਾ ਚਾਅ ਨਹੀਂ। ਇਹ ਕਾਂਗਰਸੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਸੀ ਕਿ ਜੇ ਅਸੀਂ ਆ ਕੇ ਟੋਲ ਪਲਾਜ਼ੇ ਬੰਦ ਕਰਾਂਗੇ, ਇਹ ਇਹਨਾਂ ਦੇ ਕੰਡੇ ਬੀਜੇ ਹੋਏ ਨੇ। ਜੇ ਇੱਥੇ ਸੁਖਬੀਰ ਬਾਦਲ ਜਾਂ ਅਲੀ ਬਾਬਾ ਹੁੰਦਾ, 40 ਤਾਂ ਚਲੋ ਆਪਦੇ ਆਪ ਡਿਸਾਈਡ ਕਰ ਲੈਣ ਕੌਣ ਕੌਣ ਨੇ, ਮੈਨੂੰ ਨਹੀਂ ਪਤਾ, ਇਹ ਕਾਂਗਰਸ ਦੀ ਅੰਦਰਲੀ ਪ੍ਰੋਬਲਮ ਹੈ। ਅਲੀ ਬਾਬਾ ਤਾਂ ਇੱਕੋ ਹੀ ਸੀ ਨਾ, ਇੱਥੇ ਅਲੀ ਬਾਬਾ ਹੁੰਦਾ 436 ਦਿਨ ਵਧਾ ਦਿੰਦੇ, ਬਲਕਿ ਕਹਿੰਦੇ 500 ਦਿਨ ਵਧਾਓ, 300 ਦਿਨ ਤਾਂ ਮੈਨੂੰ ਦੇ ਦਿਓ, 200 ਦਿਨ ਕਿਹੜਾ ਲੋਕਾਂ ਨੇ ਪੁੱਛਣਾ ਇੱਥੇ ਬਈ ਕਿੰਨੀ ਤਰੀਕ ਤੱਕ ਹੈ। ਸੋ ਇਹ ਗੱਲ ਕਹਿਣੀ ਕਿ ਇਹਦੀ ਮਿਆਦ ਖਤਮ ਹੋ ਰਹੀ ਸੀ, ਆਪੀ ਬੰਦ ਹੋ ਜਾਂਦਾ, ਨਹੀਂ ਹੋਣਾ ਸੀ ਆਪੀ ਬੰਦ, ਅਤੇ ਆਪੀ ਬੰਦ ਹੋ ਜਾਂਦਾ ਸੀ 20 ਤਰੀਕ ਤੱਕ ਵੇਟ ਕਰਦੇ, 15 ਦਿਨ ਕਿਉਂ ਘਟਾਏ ਨੇ, ਕਿਉਂਕਿ ਅਸੀਂ ਲੀਗਲ ਪ੍ਰੋਸੈਸ ਮੁਤਾਬਕ 60ਵੇਂ ਦਿਨ ਇੱਥੇ ਆ ਗਏ। 436 ਦਿਨ ਇਹਨਾਂ ਨੇ ਮੰਗੇ ਸੀ, 500 ਮੰਗੇ ਸੀ, ਵੈਸੇ ਤਾਂ ਕਰਕਰਾ ਕੇ 436 ਦੇ ਦਿੱਤੇ, ਕਹਿੰਦੇ ਕਰੋਨਾ ਦੇ ਪੈਸੇ ਦਿਓ, ਕਰੋਨਾ ਤਾਂ ਸਾਰੀ ਦੁਨੀਆ 'ਤੇ ਆਇਆ ਸੀਗਾ, ਅਸੀਂ ਕਿਉਂ ਦਈਏ। ਕਹਿੰਦੇ ਜੀ ਕਿਸਾਨ ਅੰਦੋਲਨ ਦੇ ਪੈਸੇ ਦਿਓ, ਕਿਸਾਨ ਅੰਦੋਲਨ ਸੈਂਟਰ ਨੇ ਬਣਾਇਆ ਸੀ ਕਾਨੂੰਨ, ਉੱਥੋਂ ਮੰਗੋ ਜਾ ਕੇ। 4,61,000 ਇਹ ਹੋ ਗਿਆ ਟੋਟਲ, ਜਿਹੜੇ 10 ਬੰਦ ਕੀਤੇ ਨੇ ਉਹਨਾਂ ਦਾ ਜੀ 44,43,000, ਯਾਨੀ ਕਿ 44,50,000 ਹਰ ਰੋਜ਼ ਪੰਜਾਬ ਦੇ ਲੋਕਾਂ ਦਾ ਬਚਣ ਲੱਗ ਗਿਆ ਜੀ ਅੱਜ ਤੋਂ। ਇਹ ਮੇਰਾ ਕੋਈ ਮਾਫੀਆ ਨਹੀਂ ਹੈਗਾ ਕਿ ਮੈਂ ਤਾਂ ਇਹ ਸੜਕ ਨੂੰ ਮੈਂ ਕਾਇਮ ਵੀ ਰੱਖੂੰਗਾ, ਸੜਕ ਵੀ ਨਹੀਂ ਟੁੱਟਣ ਦੇਣੀ ਅਸੀਂ, ਪਰ ਆਹ ਟੋਲ ਪਲਾਜ਼ਾ ਜਿਹੜੀ ਲੁੱਟ ਹੈ ਉਹ ਬੰਦ ਕਰਨੀ ਹੈ। ਦੇਖੋ ਇਹਦੇ ਐਗਰੀਮੈਂਟ ਦੇ ਵਿੱਚ ਇਹ ਵੀ ਹੈ ਕਿ ਆਲੇ ਦੁਆਲੇ ਦੇ 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜਿੰਨੇ ਵੀ ਰਜਿਸਟਰਡ ਵਾਹਨ ਨੇ ਉਹਨਾਂ ਦਾ ਪਾਸ ਬਣੂਗਾ ਮਹੀਨੇ ਦਾ। ਬਣਾਇਆ ਜੀ ਇਹਨਾਂ ਨੇ, ਇਹਨਾਂ ਨੇ ਐਂਬੂਲੈਂਸ ਚਲਾਈ ਇੱਥੇ, ਇਹਨਾਂ ਦੀ ਕੋਈ ਰਿਕਵਰੀ ਵੈਨ ਚੱਲੀ ਇੱਥੇ, ਇਹ ਆਪਦੀਆਂ ਫੈਸਿਲਿਟੀਆਂ ਦੇਣ ਤੋਂ ਮੁੱਕਰ ਜਾਂਦੇ ਨੇ, ਬਲਕਿ ਇਹ ਆਪਣੇ ਐਸਕਰੋ ਅਕਾਊਂਟ ਦੇ ਵਿੱਚੋਂ ਪੈਸੇ ਵੀ ਕਰਾਉਂਦੇ ਬੰਦ ਕਰਾਤਾ ਜੀ। ਹਾਂਜੀ, ਐਸਕਰੋ ਅਕਾਊਂਟ ਆਪਣੀ ਮਰਜ਼ੀ ਦਾ ਬੰਦ ਕਰਾਤਾ ਸੀ। ਹਾਂ, ਸਾਂਝਿਆਂ ਨੇ ਫਿਰ ਐਸਕਰੋ ਅਕਾਊਂਟ ਕੀ ਕਰੂਗਾ ਉੱਥੇ ਪੀਡਬਲਿਊਡੀ ਮਿਨਿਸਟਰ ਨਾਲ ਸਾਂਝਾ ਨੇ ਫਿਰ ਐਸਕਰੋ ਅਕਾਊਂਟ ਕੀ ਕਰੂਗਾ ਸੋ ਮੈਂ ਫਿਰ ਦੁਬਾਰਾ ਦੱਸਣਾ ਚਾਹੁੰਦਾ 436 ਦਿਨ ਮੰਗਦੇ ਸੀ ਸਾਥੋਂ, ਅਸੀਂ ਇੱਕ ਦਿਨ ਨਹੀਂ ਘੰਟਾ ਨਹੀਂ ਵਧਾਵਾਂਗੇ, ਅਸੀਂ ਲੀਗਲ ਪ੍ਰੋਸੈਸ ਕਰਕੇ ਅੱਜ 60ਵਾਂ ਦਿਨ ਬਣਦਾ 61ਵਾਂ, ਅਸੀਂ ਅੱਜ ਬੰਦ ਕਰਨ ਆਏ ਹਾਂ। ਇਹਦੀ ਮਿਆਦ ਤਾਂ ਫਿਰ 2019 'ਚ ਵੀ ਖਤਮ ਹੁੰਦੀ ਸੀ, ਉਦੋਂ ਕਿਉਂ ਨਹੀਂ ਖਤਮ ਕੀਤਾ ਜੀ? ਸਰ, ਜੋ ਟੋਲ ਪਲਾਜ਼ੇ ਬੰਦ ਕੀਤੇ ਜਾ ਰਹੇ ਆ, ਕੀ ਉਹਨਾਂ ਦੀ ਮੇਨਟੇਨੈਂਸ ਵੀ ਪ੍ਰੋਪਰ ਰਹੇਗੀ ਜੀ? ਸਰਕਾਰ ਦੀ ਹੈ ਜੀ, ਅਸੀਂ ਕਲੈਕਸ਼ਨ, ਲੋਕਾਂ ਵੱਲੋਂ ਟੈਕਸ ਆ ਰਿਹਾ ਹੈ, ਸਾਡੀ ਟੈਕਸ ਕਲੈਕਸ਼ਨ ਵੱਧ ਰਹੀ ਹੈ, PWD ਕਾਹਦੇ ਵਾਸਤੇ? ਫਿਰ ਜੇ ਤੁਸੀਂ ਸੜਕਾਂ ਬਣਾ ਕੇ ਪ੍ਰਾਈਵੇਟ ਕੰਪਨੀਆਂ ਨੂੰ ਵੇਚਤੀਆਂ, ਫਿਰ ਸਰਕਾਰ ਕੀ ਕਰ ਰਹੀ ਹੈ? ਇਹ ਸਰਕਾਰ ਦੀ ਡਿਊਟੀ ਹੈ ਸੜਕਾਂ ਬਣਾਉਣੀਆਂ, ਉਹਨਾਂ ਨੂੰ ਮੇਨਟੇਨ ਰੱਖਣਾ, ਅਸੀਂ ਰੱਖਾਂਗੇ ਜੀ। ਸਰ, ਇੱਕ ਟੋਆ ਨਹੀਂ ਪੈਣ ਦਿੰਦੇ, ਇੱਥੇ ਜੋ ਵੀ ਮੁਲਾਜ਼ਮ ਕੰਮ ਕਰਦੇ ਟੋਲ ਪਲਾਜ਼ਾ ਤੇ, ਉਹਨਾਂ ਦੇ ਵੀ ਰੋਜ਼ਗਾਰ ਹੋ ਜਾਣਗੇ, ਉਹਨਾਂ ਦਾ ਕੀ ਕੀਤਾ ਜਾਏ? ਉਹਨਾਂ ਦੇ ਵੀ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਊ, ਪਰ ਤੁਸੀਂ ਇਹ ਤਾਂ ਦੇਖੋ ਨਾ, ਬੇਰੋਜ਼ਗਾਰ ਹੋ ਗਏ ਜੀ, ਅੱਜ ਦਾ ਟੋਲ ਪਲਾਜ਼ਾ ਬੰਦ ਹੋਣ ਨਾਲ 80 ਬੰਦੇ ਬੇਰੋਜ਼ਗਾਰ ਜ਼ਰੂਰ ਹੋ ਗਏ, 30,000 ਨੂੰ ਨੌਕਰੀ ਵੀ ਦੇ ਦੇਗੀ। ਹਾਂਜੀ।
ਠੀਕ ਹੈ ਨਾ, ਉਹਨਾਂ 80 ਨੂੰ ਵੀ ਦੇਵਾਂਗੇ, ਉਹਨਾਂ 80 ਨੂੰ ਵੀ ਦੇਵਾਂਗੇ ਕਿਤੇ ਨਾ ਕਿਤੇ ਅਡਜਸਟ ਕਰਾਂਗੇ ਆਪਣੀ ਧੀਆਂ ਪੁੱਤ ਦੇ ਉਹ ਸੋ ਨਾਲ ਜਿਹੜੇ 4.5 ਲੱਖ ਰੁਪਇਆ ਬਚ ਰਿਹਾ ਲੋਕਾਂ ਦਾ ਉਹ ਕੀ, ਠੀਕ ਹੈ ਨਾ, ਉਹ ਸਰਕਾਰ ਜਿਹੜੀ ਹੈ ਉਹ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕੱਢਣ ਨਹੀਂ ਆਈ, ਲੋਕਾਂ ਦੀ ਜੇਬਾਂ 'ਚ ਪੈਸੇ ਪਾਉਣ ਆਈ ਹੈ ਜਾਂ ਬਚਾਉਣ ਆਈ। ਦੇਖੋ ਜਿਹੜੀਆਂ ਵਾਰੀ ਆਈ ਜਾਊਗੀ ਸਾਰਿਆਂ ਦੀ, ਅਸੀਂ ਕਿਸੇ ਨੂੰ ਇੱਕ ਦਿਨ ਵੀ ਨਹੀਂ ਵਧਾਵਾਂਗੇ, ਅਸੀਂ ਐਕਸਟੈਂਸ਼ਨ ਨਹੀਂ ਦੇਣੀ, ਪਰ ਆਲਰੇਡੀ ਐਕਸਟੈਂਸ਼ਨਾਂ ਦਿੱਤੀਆਂ ਹੋਈਆਂ ਨੇ, ਅਸੀਂ ਉਹਨਾਂ ਵਿਰੁੱਧ ਕੋਰਟਾਂ ਦੇ ਵਿੱਚ ਗਏ ਹੋਏ ਹਾਂ, ਜਿਸ ਦਿਨ ਹੀ ਕੋਰਟ ਸਾਨੂੰ ਕਹਿ ਦਿੰਦੀ ਹੈ ਕਿ ਸਾਡੇ ਵੱਲੋਂ ਕਲੀਅਰ ਹੈ ਅਸੀਂ ਚਾਹੇ। ਹਾਂਜੀ ਹਾਂਜੀ, ਅਸੀਂ ਤਾਂ ਕਹਿੰਦੇ ਵੀ ਐਜ਼ ਅਰਲੀ ਐਜ਼ ਪੋਸੀਬਲ ਉਹ ਬੰਦ ਹੋਣ, ਜਿਵੇਂ ਵੀ ਸਟੇਟ ਹਾਈਵੇ ਨੇ, ਈਵਨ ਇੱਕ ਦੋ ਨੈਸ਼ਨਲ ਹਾਈਵੇ 'ਤੇ ਕੁਛ ਇਸ ਤਰ੍ਹਾਂ ਦੇ ਜਿਹੜੇ ਟੋਲ ਪਲਾਜ਼ੇ ਨੇ ਜਿਹੜੇ ਨਹੀਂ ਹੋ ਸਕਦੇ, 60 ਕਿਲੋਮੀਟਰ ਦੀ ਜਿਹੜੀ ਦੂਰੀ ਹੈ ਇਹ 60 ਕਿਲੋਮੀਟਰ ਦੇ ਵਿੱਚ ਨਹੀਂ ਹੋਣਾ, ਉਹ 60 ਕਿਲੋਮੀਟਰ ਦੇ ਅੰਦਰ ਅੰਦਰ ਨੇ, ਅਸੀਂ ਉਹਦੇ ਬਾਰੇ ਵੀ ਗੱਡਕਰੀ ਸਾਹਿਬ ਨੂੰ ਲਿਖਾਂਗੇ ਅਤੇ ਤੁਸੀਂ ਟੋਲ ਪਲਾਜ਼ੇ ਬੰਦ ਕਰੋ। ਬੈਂਕ ਨੂੰ ਅਸੀਂ ਲਿਖਤਾਂ ਰਿਕਵਰ ਕਰਨ ਲਈ ਬੈਂਕ ਗਰੰਟੀ ਜਿਹੜੀ ਸੀ ਅਸੀਂ ਪੈਸੇ ਲਵਾਂਗੇ, ਅਸੀਂ ਛੱਡਦੇ ਨਹੀਂ ਹੈਗੇ ਪੈਸੇ। ਤੁਸੀਂ ਬਾਘਾ ਪੁਰਾਣਾ ਪਹੁੰਚੇ, ਖਾਸ ਬਾਘਾ ਪੁਰਾਣਾ ਦੇ ਵਿੱਚ ਤੁਸੀਂ ਅੱਜ ਆਏ ਹੋ, ਬਾਘਾ ਪੁਰਾਣਾ ਨੂੰ ਕੀ ਪ੍ਰੋਜੈਕਟ ਵੱਡੇ ਤੁਸੀਂ ਦੇਖ ਜਾ ਰਹੇ ਹੋ? ਇਸ ਤੋਂ ਵੱਡਾ ਹੋਰ ਕੀ ਗੱਲ ਨਹੀਂ, ਬਾਘਾ ਪੁਰਾਣਾ ਨਹੀਂ ਹੋ ਗਿਆ, ਅੱਗੇ ਵੇਟ ਕਰੋ ਸਾਰੇ ਪੰਜਾਬ ਨੂੰ, ਪਹਿਲੇ ਬਾਘਾ ਪੁਰਾਣਾ ਨੂੰ, ਸਾਰੇ ਪੰਜਾਬ ਨੂੰ ਦੇਖੋ, ਬਿਜਲੀ ਫ੍ਰੀ ਹੋ ਜ, ਬਾਘਾ ਪੁਰਾਣਾ ਵੀ ਆਉਂਦਾ, ਆਮ ਆਦਮੀ ਕਲੀਨਿਕ ਬਣ ਰਹੇ ਨੇ, ਬਾਘਾ ਪੁਰਾਣਾ ਵੀ ਆਉਂਦਾ, ਸਕੂਲ ਆਫ ਐਮੀਨੈਂਸ ਬਣ ਰਹੇ ਨੇ, ਬਾਘਾ ਪੁਰਾਣਾ ਵੀ ਵਿੱਚ ਆਉਂਦਾ, ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਰਿਹਾ, ਬਾਘਾ ਪੁਰਾਣਾ ਵੀ ਵਿੱਚ ਆਉਂਦਾ, ਤੇ ਨਾਲ 15-15 ਘੰਟੇ 16-16 ਘੰਟੇ ਬਿਜਲੀ ਆ ਰਹੀ ਹੈ ਐਗਰੀਕਲਚਰ ਸੈਕਟਰ ਵਾਸਤੇ। ਬਹੁਤ ਇਤਿਹਾਸਿਕ ਫੈਸਲਾ ਤਾਂ ਜਿਹੜਾ ਹੋਇਆ, 13.5 ਕਰੋੜ ਰੁਪਇਆ ਪਾਣੀ ਵਾਸਤੇ, ਕੱਲ ਇੱਕ ਬਹੁਤ ਇਤਿਹਾਸਿਕ ਫੈਸਲਾ ਹੋਇਆ ਮੋਗਾ ਨਗਰ ਨਿਗਮ ਦੇ ਵਿੱਚ, ਆਮ ਆਦਮੀ ਪਾਰਟੀ ਦਾ ਮੇਅਰ ਬਣਨ ਜਾ ਰਿਹਾ, ਜਦਕਿ ਪੰਜਾਬ ਦੀ ਪਹਿਲੀ ਨਗਰ ਕੌਂਸਲ ਨਿਗਮ ਹੋਏਗੀ। ਦੇਖੋ ਜੀ, ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗੀ ਜਾਂਦਾ ਇਹ ਤਾਂ ਲੁਟੇਰੇ ਸੀ, ਅੱਜ ਤੁਹਾਨੂੰ ਆਹ ਪਤਾ ਲੱਗ ਗਿਆ ਕਿ ਕਿਵੇਂ ਲੁੱਟੀ ਗਏ ਸੀ, ਤੇ ਲੋਕਾਂ ਨੂੰ ਪਤਾ ਲੱਗੀ ਜਾਂਦਾ, ਲੋਕ ਕਹਿੰਦੇ ਚਲੋ ਯਾਰ ਆਪਾਂ ਉੱਧਰ ਚੱਲੀਏ ਜਿੱਧਰ ਪੰਜਾਬ ਦਾ ਖਜ਼ਾਨਾ ਭਰਿਆ ਜਾ ਰਿਹਾ, ਉਹ ਅੱਛੀ ਗੱਲ ਹੈ ਜੀ, ਚੰਗੇ ਲੋਕਾਂ ਨੂੰ ਹਜੇ ਹੋਰ ਬਹੁਤ ਸਾਰੇ ਲੋਕਾਂ ਦੀ ਡਬਲ ਇੰਜਨ ਸਰਕਾਰ ਹੋ ਗਈ, ਮੋਗੇ ਵੀ ਆਪ ਦੀ ਸਰਕਾਰ ਤੇ ਚੰਡੀਗੜ੍ਹ ਵੀ ਆਪ ਦੀ ਸਰਕਾਰ, ਡਬਲ ਇੰਜਨ ਸਰਕਾਰ ਹੋ ਗਈ, ਸਾਡੇ ਤਾਂ ਨਵਾਂ ਇੰਜਨ ਹੈ ਜੀ, ਸਾਡੇ ਡਬਲ ਡਬਲ ਸਾਡੇ ਇੰਜਨ ਨਵਾਂ ਹੁੰਦਾ ਜੀ, ਇਹ ਇੰਜਨ ਉਂਜਨ ਉਹ ਲਾਏ ਜਾਣ, ਉਹਨਾਂ ਕੋਲ ਇੰਜਨ ਜ਼ਿਆਦਾ ਨੇ, ਡੱਬੇ ਘੱਟ ਨੇ, ਸਾਡੇ ਕੋਲ ਡੱਬੇ ਵੀ ਚਾਹੀਦੇ ਨਾ। ਸਰ ਤੁਸੀਂ, ਤੁਹਾਡੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਲੋਕਾਂ ਨੂੰ ਇਸ ਗੱਲ ਦਾ ਸ਼ਾਇਦ ਪਤਾ ਹੈ, ਪਰ ਵਿਰੋਧੀ ਤੁਹਾਡਾ ਇੰਨਾ ਵਿਰੋਧ ਕਿਉਂ ਕਰਦੇ? ਵਿਰੋਧ ਕਰਨ ਵਾਸਤੇ ਹੋਰ ਗੱਲ, ਹੋਰ ਕੀ ਕਰਨ ਫਿਰ ਹੋ ਜਾਏ, ਇੰਨਾ ਤਾਂ ਟਾਈਮ ਉਹਨਾਂ ਨੂੰ, ਸਵਾਲ ਨਹੀਂ ਪੁੱਛ ਦਿੱਤੇ ਜਾਂਦੇ ਜੀ ਤੁਹਾਡੇ, ਜਦੋਂ ਅਸੀਂ ਰਿਐਕਸ਼ਨ ਲੈ ਤੁਹਾਡੇ ਪੱਤਰਕਾਰਾਂ ਨਾਲ ਲੜ ਪੈਂਦੇ ਨੇ, ਹਾਂਜੀ ਠੀਕ ਹੈ ਨਾ, ਇੱਥੋਂ ਕੀ ਜਦੋਂ ਕੋਈ ਭਲਵਾਨ ਢਹਿੰਦਾ ਹੋਵੇ ਨਾ, ਉਹ ਫਿਰ ਗਾਲਾਂ 'ਤੇ ਉਤਰ ਆਉਂਦਾ, ਹੱਥੋਂ ਪਾਈ 'ਤੇ ਉਤਰ ਆਉਂਦਾ, ਉਹਨਾਂ ਕੋਲ ਕੋਈ ਮੁੱਦਾ ਹੀ ਹੈ ਨਹੀਂ, ਜਾਂ ਤਾਂ ਮੇਰੇ ਬਾਰੇ ਨੀਚੀ ਬੋਲਣਗੇ ਜਾਂ ਪੱਤਰਕਾਰਾਂ ਨਾਲ ਲੜਨਗੇ। ਜਦੋਂ ਮੈਂ ਸਾਰੇ ਕਾਗਜ਼ ਲਿਆ ਕੇ ਪੇਸ਼ ਕਰਤੇ ਕਿ ਅੰਸਾਰੀ ਦੇ ਦੋਨੇ ਬੇਟਿਆਂ ਨੂੰ ਟਕਰ ਬੋਰਡ ਦੀ ਜ਼ਮੀਨ ਦਿੱਤੀ ਹੈ, ਉਹ ਤਾਂ ਬੋਲੇ ਨਹੀਂ ਫਿਰ, ਠੀਕ ਹੈ, ਇਹ ਮੈਂ ਸਾਰੇ ਭੇਤ ਖੋਲੂੰ ਇਹਨਾਂ ਦੇ, ਅਸੀਂ ਸੱਚੇ ਦਿਲੋਂ ਪੰਜਾਬ ਨਾਲ ਜੁੜੇ ਹੋਏ ਹਾਂ, ਅਸੀਂ ਕੋਈ ਹਵਾ 'ਚ ਨਹੀਂ ਤੀਰ ਛੱਡਦੇ, ਜਿਹੜੀ ਗੱਲ ਕਹਿੰਦੇ ਹਾਂ ਉਹ ਕਰਦੇ। ਸੋ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਰਹੇ ਹਾਂ, RDF ਦੇ ਮਾਮਲੇ 'ਤੇ ਸਾਡਾ ਫੈਸਲਾ, ਸਾਡਾ ਹੱਕ ਹੈ, ਅੱਜ ਸੁਪਰੀਮ ਕੋਰਟ ਦੇ ਵਿੱਚ ਅਸੀਂ ਕੇਸ ਫਾਈਲ ਕਰਾਂਗੇ ਕਿ ਕੇਂਦਰ ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਦੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਆਜ ਪ੍ਰਕਾਸ਼ ਟੀਵੀ ਔਰ ਬੈਲ ਆਇਕਨ ਦਬਾਨਾ ਨਾ ਭੁਲੇਂ।